ਗੁਆਂਢੀਆਂ ਦੇ ਪਿੱਟਬੁੱਲ ਕੁੱਤੇ ਦੇ ਵੱਲੋਂ 4 ਸਾਲ ਦੇ ਮਾਸੂਮ ਨੂੰ ਨੋਚਿਆ ਗਿਆ, ਜਿਸ ਤੋਂ ਬਾਅਦ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ। ਬੜੀ ਹੀ ਮਸ਼ਕਤ ਬਾਅਦ ਪਰਿਵਾਰ ਦੇ ਵੱਲੋਂ ਇਸ ਪਿੱਟਬੁੱਲ ਦੇ ਚੁੰਗਲ ਚੋਂ ਮਾਸੂਮ ਬੱਚੇ ਨੂੰ ਛੁਡਵਾਇਆ ਗਿਆ ਤੇ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਬੱਚੇ ਦਾ ਮੂੰਹ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਮਾਮਲਾ ਤਰਨ ਤਾਰਨ ਦੇ ਪਿੰਡ ਤੂੜ ਤੋਂ ਸਾਹਮਣੇ ਆਇਆ। 4 ਸਾਲ ਦੇ ਐਸ਼ਦੀਪ ਨੂੰ ਪਿੱਟਬੁੱਲ ਕੁੱਤੇ ਦੇ ਵੱਲੋਂ ਬੁਰੀ ਤਰ੍ਹਾਂ ਨੋਚਿਆ ਗਿਆ। ਗੁਆਂਢ ਦੇ ਵਿੱਚ ਇਹ ਕੁੱਤਾ ਰੱਖਿਆ ਹੋਇਆ ਸੀ ਤਾਂ ਇਹ ਬੱਚਾ ਜਿਹੜਾ ਐਸ਼ਦੀਪ ਆਪਣੇ ਭਰਾ ਦੇ ਨਾਲ ਘਰ ਦੇ ਬਾਹਰ ਖੇਡਦਾ ਸੀ, ਅਚਾਨਕ ਪਿੱਟਬੁੱਲ ਕੁੱਤਾ ਆਇਆ ਜਿਸ ਨੇ ਐਸ਼ਦੀਪ ਤੇ ਹਮਲਾ ਕੀਤਾ, ਉਸਦੇ ਮੂੰਹ ਤੇ ਵਾਰ ਕੀਤੇ। ਮੂੰਹ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਐਸ਼ਦੀਪ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਸਰਕਾਰ ਦੇ ਕੋਲੋਂ ਪਿੱਟਬੁੱਲ ਕੁੱਤਿਆਂ ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਹੈ। ਉਧਰ ਪੁਲਿਸ ਦੇ ਵੱਲੋਂ ਕੁੱਤੇ ਦੇ ਮਾਲਕ ਮਾਂ ਪੁੱਤ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਔਰ ਇਸ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਤਾਂ ਪਿੱਟਬੁੱਲ ਕੁੱਤੇ ਦੇ ਵੱਲੋਂ ਇੱਕ 4 ਸਾਲ ਦੇ ਮਾਸੂਮ ਨੂੰ ਨੋਚਿਆ ਗਿਆ। ਗੁਆਂਢੀਆਂ ਦਾ ਪਿੱਟਬੁੱਲ ਕੁੱਤਾ ਸੀ, ਘਰ ਦੇ ਬਾਹਰ ਖੇਡ ਰਹੇ ਐਸ਼ਦੀਪ ਨੂੰ ਬੁਰੀ ਤਰ੍ਹਾਂ ਨੋਚਿਆ ਗਿਆ, ਜਿਸ ਦੇ ਨਾਲ ਉਸਦਾ ਮੂੰਹ ਨੁਕਸਾਨਿਆ ਗਿਆ। ਗੁਆਂਢੀਆਂ ਦੇ ਪਿੱਟਬੁੱਲ ਕੁੱਤੇ ਦੇ ਵੱਲੋਂ 4 ਸਾਲ ਦੇ ਮਾਸੂਮ ਨੂੰ ਨੋਚਿਆ ਗਿਆ, ਜਿਸ ਤੋਂ ਬਾਅਦ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ। ਬੜੀ ਹੀ ਮਸ਼ਕਤ ਬਾਅਦ ਪਰਿਵਾਰ ਦੇ ਵੱਲੋਂ ਇਸ ਪਿੱਟਬੁੱਲ ਦੇ ਚੁੰਗਲ ਚੋਂ ਮਾਸੂਮ ਬੱਚੇ ਨੂੰ ਛੁਡਵਾਇਆ ਗਿਆ ਤੇ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਬੱਚੇ ਦਾ ਮੂੰਹ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਮਾਮਲਾ ਤਰਨ ਤਾਰਨ ਦੇ ਪਿੰਡ ਤੂੜ ਤੋਂ ਸਾਹਮਣੇ ਆਇਆ। 4 ਸਾਲ ਦੇ ਐਸ਼ਦੀਪ ਨੂੰ ਪਿੱਟਬੁੱਲ ਕੁੱਤੇ ਦੇ ਵੱਲੋਂ ਬੁਰੀ ਤਰ੍ਹਾਂ ਨੋਚਿਆ ਗਿਆ। ਗੁਆਂਢ ਦੇ ਵਿੱਚ ਇਹ ਕੁੱਤਾ ਰੱਖਿਆ ਹੋਇਆ ਸੀ ਤਾਂ ਇਹ ਬੱਚਾ ਜਿਹੜਾ ਐਸ਼ਦੀਪ ਆਪਣੇ ਭਰਾ ਦੇ ਨਾਲ ਘਰ ਦੇ ਬਾਹਰ ਖੇਡਦਾ ਸੀ, ਅਚਾਨਕ ਪਿੱਟਬੁੱਲ ਕੁੱਤਾ ਆਇਆ ਜਿਸ ਨੇ ਐਸ਼ਦੀਪ ਤੇ ਹਮਲਾ ਕੀਤਾ, ਉਸਦੇ ਮੂੰਹ ਤੇ ਵਾਰ ਕੀਤੇ। ਮੂੰਹ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਐਸ਼ਦੀਪ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਸਰਕਾਰ ਦੇ ਕੋਲੋਂ ਪਿੱਟਬੁੱਲ ਕੁੱਤਿਆਂ ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਹੈ। ਉਧਰ ਪੁਲਿਸ ਦੇ ਵੱਲੋਂ ਕੁੱਤੇ ਦੇ ਮਾਲਕ ਮਾਂ ਪੁੱਤ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਔਰ ਇਸ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਤਾਂ ਪਿੱਟਬੁੱਲ ਕੁੱਤੇ ਦੇ ਵੱਲੋਂ ਇੱਕ 4 ਸਾਲ ਦੇ ਮਾਸੂਮ ਨੂੰ ਨੋਚਿਆ ਗਿਆ। ਗੁਆਂਢੀਆਂ ਦਾ ਪਿੱਟਬੁੱਲ ਕੁੱਤਾ ਸੀ, ਘਰ ਦੇ ਬਾਹਰ ਖੇਡ ਰਹੇ ਐਸ਼ਦੀਪ ਨੂੰ ਬੁਰੀ ਤਰ੍ਹਾਂ ਨੋਚਿਆ ਗਿਆ, ਜਿਸ ਦੇ ਨਾਲ ਉਸਦਾ ਮੂੰਹ ਨੁਕਸਾਨਿਆ ਗਿਆ। ਗੁਆਂਢੀਆਂ ਦੇ ਪਿੱਟਬੁੱਲ ਕੁੱਤੇ ਦੇ ਵੱਲੋਂ 4 ਸਾਲ ਦੇ ਮਾਸੂਮ ਨੂੰ ਨੋਚਿਆ ਗਿਆ, ਜਿਸ ਤੋਂ ਬਾਅਦ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ। ਬੜੀ ਹੀ ਮਸ਼ਕਤ ਬਾਅਦ ਪਰਿਵਾਰ ਦੇ ਵੱਲੋਂ ਇਸ ਪਿੱਟਬੁੱਲ ਦੇ ਚੁੰਗਲ ਚੋਂ ਮਾਸੂਮ ਬੱਚੇ ਨੂੰ ਛੁਡਵਾਇਆ ਗਿਆ ਤੇ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਬੱਚੇ ਦਾ ਮੂੰਹ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਮਾਮਲਾ ਤਰਨ ਤਾਰਨ ਦੇ ਪਿੰਡ ਤੂੜ ਤੋਂ ਸਾਹਮਣੇ ਆਇਆ। 4 ਸਾਲ ਦੇ ਐਸ਼ਦੀਪ ਨੂੰ ਪਿੱਟਬੁੱਲ ਕੁੱਤੇ ਦੇ ਵੱਲੋਂ ਬੁਰੀ ਤਰ੍ਹਾਂ ਨੋਚਿਆ ਗਿਆ। ਗੁਆਂਢ ਦੇ ਵਿੱਚ ਇਹ ਕੁੱਤਾ ਰੱਖਿਆ ਹੋਇਆ ਸੀ ਤਾਂ ਇਹ ਬੱਚਾ ਜਿਹੜਾ ਐਸ਼ਦੀਪ ਆਪਣੇ ਭਰਾ ਦੇ ਨਾਲ ਘਰ ਦੇ ਬਾਹਰ ਖੇਡਦਾ ਸੀ, ਅਚਾਨਕ ਪਿੱਟਬੁੱਲ ਕੁੱਤਾ ਆਇਆ ਜਿਸ ਨੇ ਐਸ਼ਦੀਪ ਤੇ ਹਮਲਾ ਕੀਤਾ, ਉਸਦੇ ਮੂੰਹ ਤੇ ਵਾਰ ਕੀਤੇ। ਮੂੰਹ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਐਸ਼ਦੀਪ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਸਰਕਾਰ ਦੇ ਕੋਲੋਂ ਪਿੱਟਬੁੱਲ ਕੁੱਤਿਆਂ ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਹੈ। ਉਧਰ ਪੁਲਿਸ ਦੇ ਵੱਲੋਂ ਕੁੱਤੇ ਦੇ ਮਾਲਕ ਮਾਂ ਪੁੱਤ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਔਰ ਇਸ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਤਾਂ ਪਿੱਟਬੁੱਲ ਕੁੱਤੇ ਦੇ ਵੱਲੋਂ ਇੱਕ 4 ਸਾਲ ਦੇ ਮਾਸੂਮ ਨੂੰ ਨੋਚਿਆ ਗਿਆ। ਗੁਆਂਢੀਆਂ ਦਾ ਪਿੱਟਬੁੱਲ ਕੁੱਤਾ ਸੀ, ਘਰ ਦੇ ਬਾਹਰ ਖੇਡ ਰਹੇ ਐਸ਼ਦੀਪ ਨੂੰ ਬੁਰੀ ਤਰ੍ਹਾਂ ਨੋਚਿਆ ਗਿਆ, ਜਿਸ ਦੇ ਨਾਲ ਉਸਦਾ ਮੂੰਹ ਨੁਕਸਾਨਿਆ ਗਿਆ।